ਸਾ ਪੰਥ ਦੀ ਮਾਨਮੱਤੀਆਂ ਸੰਸਥਾਵਾਂ ਨੇ ਸਾਨੂੰ ਮਾਣ ਕਰਨਾ ਚਾਹੀਦਾ ਮੈਂ ਛੋਟੀ ਜੀ ਬੇਨਤੀ ਕਰਕੇ ਸਮਾਪਤੀ ਕਰ ਦਉ ਜਿਨ੍ਹਾਂ ਨੇ ਜੇਲ ਚਿੱਠੀਆਂ ਪੜ੍ਹੀਆਂ ਨੇ ਨਾ ਉਹਨਾਂ ਨੂੰ ਪਤਾ ਹੋਏਗਾ ਭਾਈ ਸਾਹਿਬ ਭਾਈ ਰਣਦੀਰ ਸਿੰਘ ਜੀ ਉਹਨਾਂ ਦੀ ਸ਼ਿਕਾਇਤ ਹੋ ਗਈ ਜੀ ਪਤਾ ਕਿਉਂ ਹੋਈ ਸਿਰਫ ਚਿਹਰੇ ਦਾ ਖੇੜਾ ਵੇਖ ਕੇ ਚਿਹਰੇ ਦਾ ਨੂਰ ਵੇਖ ਕੇ ਨਾ ਆਏ ਜੀ ਇਨਸਪੈਕਸ਼ਨ ਵਾਸਤੇ ਤੇ ਉਹਨਾਂ ਨੇ ਪੁੱਛਿਆ ਵੀ ਇਹ ਬੰਦਾ ਕੋਠੀ ਲੱਗੀ ਹੋਈ ਐ ਤੇ ਜਿਹੜਾ ਕਾਲ ਕੋਠਰੀ ਚ ਇਕੱਲਾ ਰਹਿੰਦਾ ਉਹਦਾ ਤੇ ਚਿਹਰਾ ਉਦਾਸ ਹੋਣਾ ਚਾਹੀਦਾ ਕੱਲ ਤਾਂ ਬੜੀ ਵੱਡੀ ਸਜ਼ਾ ਐ ਤੇ ਧਗ-ਧਗ ਨੂਰੀ ਚਿਹਰਾ ਧਗ-ਧਗ ਕਰਦਾ ਉਹਨਾਂ ਪੁੱਛਿਆ ਕਹਿੰਦੇ ਪਲਾਓ ਕੋਠੀ ਚ ਕੋਈ ਨਾਲ ਰਹਿੰਦਾ ਇਕੱਲੇ ਰਹਿੰਦੇ ਹੋ ਕਹਿੰਦੇ ਨਹੀਂ ਮੈਂ ਇਕੱਲਾ ਕਦੀ ਰਿਆ ਹੀ ਨਹੀਂ ਉੱਥੇ ਜੀ ਤੁਸੀਂ ਕਿਤੇ ਪੜੋ ਨਾ ਸਾਰੀ ਉਹਨਾਂ ਕੇਸ ਨੂੰ ਅਫਰਾ ਤਫਰੀ ਮਚ ਗਈ ਇਨਕੁਆਰੀਆਂ ਖੁੱਲ ਗਈਆਂ ਜੇਲ੍ਹ ਰ ਹਾਜ਼ਰ ਕਰਨਾ ਪੈ ਗਿਆ ਇਹ ਵੀ ਵਿਸ਼ਵਾਸ ਸੀ ਵੀ ਭਾਈ ਸਾਹਿਬ ਭਾਈ ਦੰਤ ਸਿੰਘ ਜੀ ਝੂਠ ਨਹੀਂ ਬੋਲ ਸਕਦੇ ਜੀ ਸਿੱਖ ਝੂਠ ਬੋਲਦੇ ਹੀ ਨਹੀਂ ਬਹੁਤ ਵੱਡੀ ਇਨਕੁਆਰੀ ਹੋਈ ਜੇਲਰ ਕਹੇ ਜੀ ਮੇਰਾ ਰਿਕਾਰਡ ਬੋਲਦਾ ਮੈਂ ਰੋਜ਼ ਕੈਦ ਕਰਦਾ ਹਾਂ ਕੋਠੀ ਚ ਕੱਲੇ ਹੁੰਦੇ ਆ ਭਾਈ ਸਾਹਿਬ ਕਹਿੰਦੇ ਮੈਂ ਕੱਲਾ ਕਦੀ ਰਿਹਾ ਹੀ ਨਹੀਂ ਤੇ ਉਹਨਾਂ ਨੇ ਪੁੱਛਿਆ ਵੀ ਭਾਈ ਫਿਰ ਇਹ ਦੱਸ ਦੋ ਵੀ ਨਾਲ ਰਹਿੰਦਾ ਕੌਣ ਹੈ ਉਹ ਕਹਿੰਦੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਨਾਲ ਰਹਿੰਦੇ ਜਿਨ੍ਹਾਂ ਦੇ ਅੰਦਰ ਇਹ ਦ੍ਰਿੜ ਹੋ ਗਿਆ ਸਦਾ ਅੰਗ ਸੰਗੇ ਉਦੋਂ ਢੰਤੀ ਕਲਾ ਕਦੀ ਨਹੀਂ ਆਉਣੀ ਜੰਗਲਾਂ ਚ ਹੋਈਏ ਮੁਸੀਬਤਾਂ ਚ ਹੋਈਏ ਮਾਛੀਵਾੜੇ ਚ ਹੋਈਏ ਸਰਸਾ ਚ ਹੋਈਏ ਠੰਡੇ ਬੁਰ ਇਹਦੇ ਤੋਂ ਵੱਡੇ ਦੁੱਖ ਤੇ ਨਹੀਂ ਆਉਣੇ ਅਸੀਂ ਹੋਕੇ ਲੈਂਦੇ ਫਿਰਦੇ ਆ ਉਦੋਂ ਸਾਡਾ ਹਿਰਦਾ ਪੁਕਾਰ ਪੁਕਾਰ ਕੇ ਕਹੇਗਾ ਸਦਾ ਅੰਗ ਸੰਗੇ ਅਭੰਗੰਗ ਬਿਪੂਤੇ ਉਦੋਂ ਸਾਡੇ ਅੰਦਰੋਂ ਆਵਾਜ਼ ਆਏਗੀ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਨਾਲ ਹੈ ਜਿੱਥੇ ਕਿੱਥੇ ਮੈਨੂੰ ਦੁ ਸਬਨੀ ਥਾਈ ਜਿੱਥੇ ਹਾਂ ਖਾਲਸੇ ਮਹਿ ਹਾਂ ਉਹਨਾ ਇਸੇ ਲਈ ਮੈਂ ਬੇਨਤੀ ਕਰਦਾ ਹੁੰਦਾ ਭਾਈ ਜੀਵਨੀਆਂ ਪੜਿਆ ਕੋ ਪੁਸਤਕਾਂ ਜ਼ਰੂਰ ਪੜਿਆ ਕਰੋ ਚੰਗੀਆਂ ਰੂਹਾਂ ਦੇ ਜੀਵਨ ਪੜਿਆ ਕਰੋ ਗੁਰਮਖਾਂ ਦੇ ਆਤਮਕ ਤਜਰਬੇ ਪੜਿਆ ਕਰੋ ਇਹ ਐਵੇਂ ਨਹੀਂ ਸੀ ਕੌਮ ਦੀਆਂ ਰੂਹਾਂ ਸ਼ਕਤੀਆਂ ਜਿਹੜੀਆਂ ਸਾਨੂੰ ਅਸੀਂ ਤੇ ਪਤਾ ਨਹੀਂ ਕਿਹੜੀਆਂ ਵੰਡੀਆਂ ਚ ਪੈ ਗਏ ਸਾਧ ਸੰਗਤ ਇਸ ਸੰਸਥਾ ਮ ਕੌਮ ਦੇ ਨਾਇਕ ਹੀਰੋ ਪੈਦਾ ਕੀਤੇ ਉਹਨਾਂ ਨੇ ਮਾਣ ਪੈਦਾ ਕੀਤੇ ਤੋਂ ਉਹਨਾਂ ਰੂਹਾਂ ਨੂੰ ਨਮਸਕਾਰ ਹੈ ਜਿਹੜੀਆਂ ਸਾਨੂੰ